ਇੱਕ ਨੌਜਵਾਨ ਨੇ ਆਪਣੀ ਵਰਨਾ ਗੱਡੀ ਦੀ ਕਿਸ਼ਤ ਦੇਣੀ ਸੀ ਪਰ ਉਸ ਕੋਲ ਪੈਸੇ ਨਹੀਂ ਸਨ ਜਿਸ ਲਈ ਉਸਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇੱਕ ਸਾਜਿਸ਼ ਰਚੀ ਅਤੇ ਮਨੀ ਟ੍ਰਾਂਸਫਰ ਦੇ ਦਫ਼ਤਰ ਤੋਂ 2,23,000 ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਹੁਣ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਮਾਮਲਾ ਮੋਗਾ ਦੇ ਬਾਗਾ ਪੁਰਾਣਾ ਤੋਂ ਸਾਹਮਣੇ ਆਇਆ ਦਰਅਸਲ ਬੀਤੀ 10 ਅਗਸਤ ਦੀ ਸ਼ਾਮ ਨੂੰ ਵਰਨਾ ਕਾਰ ਸਵਾਰ 3 ਲੁਟੇਰਿਆਂ ਨੇ ਕੋਟਕਪੁਰਾ ਰੋਡ ਤੇ ਮਨੀ ਟ੍ਰਾਂਸਫਰ ਦੀ ਦੁਕਾਨ 'ਚ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਉੱਥੋਂ 2,23,000 ਰੁਪਏ ਲੈ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਬਾਗਾ ਪੁਰਾਣਾ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਮੁਸਤੈਦੀ ਨਾਲ ਕੰਮ ਕਰਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ 1 ਮੁਲਜ਼ਮ ਅਜੇ ਵੀ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੇ ਕੋਲੋਂ ਵਰਨਾ ਕਾਰ ਅਤੇ 30,000 ਰੁਪਏ ਬਰਾਮਦ ਕੀਤੇ ਨੇ ਉੱਥੇ ਇਸ ਮਾਮਲੇ 'ਚ ਬਾਗਾ ਪੁਰਾਣਾ ਦੇ DSP ਦਿਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਹੁਤ ਹੀ ਮਸ਼ਕਤ ਅਤੇ CCTV ਦੀ ਫੁਟੇਜ ਦੀ ਮਦਦ ਦੇ ਨਾਲ ਇਹਨਾਂ ਨੂੰ ਟਰੇਸ ਕੀਤਾ ਅਤੇ ਦੱਸਿਆ ਕਿ ਬੀਤੀ 10 ਅਗਸਤ ਦੀ ਸ਼ਾਮ ਨੂੰ ਇਹਨਾਂ ਨੇ ਪਾਲ ਮਰਚੈਂਟ ਦੇ ਸ਼ੋਰੂਮ 'ਚ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਸੀ ਪਿਸਤੌਲ ਖਿਡੌਣੇ ਵਾਲੀ ਸੀ ਜੋ ਦੇਖਣ 'ਚ ਬਿਲਕੁਲ ਅਸਲੀ ਦੀ ਤਰ੍ਹਾਂ ਲੱਗਦੀ ਸੀ ਮੁਲਜ਼ਮ ਗੁਰਪਿੰਦਰ ਨੇ ਗੱਡੀ ਦੀ ਕਿਸ਼ਤ ਦੇਣੀ ਸੀ ਕਿਉਂਕਿ ਉਸ ਕੋਲ ਕਿਸ਼ਤ ਦੇਣ ਲਈ ਪੈਸੇ ਨਹੀਂ ਸਨ ਅਤੇ ਉਸ ਦੀ ਕਿਸ਼ਤ ਟੁੱਟ ਰਹੀ ਸੀ ਜਿਸ ਕਾਰਨ ਗੁਰਪਿੰਦਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਦਾ ਕਹਿਣਾ ਕਿ ਮੁਲਜ਼ਮ ਦੇ ਦੋਵੇਂ ਦੋਸਤ ਚੰਗੇ ਘਰ ਤੋਂ ਸੰਬੰਧ ਰੱਖਦੇ ਨੇ ਇੱਕ ਦੋਸਤ ਸੈਲੂਨ ਦਾ ਮਾਲਕ ਹੈ ਤੇ ਦੂਜਾ ਜ਼ਿਮੀਦਾਰ ਦਾ ਪੁੱਤ ਹੈ ਜਿਸ ਕੋਲ 15-16 ਏਕੜ ਜ਼ਮੀਨ ਹੈ ਇਸ ਤੋਂ ਇਲਾਵਾ ਦੋਵਾਂ ਤੇ ਇਸ ਤੋਂ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਅਤੇ ਇਹ ਤਿੰਨੋਂ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ 10 ਅਗਸਤ ਨੂੰ ਸ਼ਾਮ ਨੂੰ 5:30 ਵਜੇ ਦੇ ਕਰੀਬ ਪਾਲ ਮਰਚੈਂਟ ਜਿਹੜਾ ਕੋਟਪੁਰਾ ਰੋਡ 'ਤੇ ਹੈਗਾ ਉੱਥੇ 2 ਬੰਦੇ ਉਹਨਾਂ ਦੀ ਦੁਕਾਨ ਦੇ ਵਿੱਚ ਵੜ ਕੇ ਉਹਨਾਂ ਦਾ ਗੱਲਾ ਖੋਲ੍ਹ ਕੇ ਉਸ 'ਚੋਂ 2,23,000 ਰੁਪਏ ਜੋ FIR ਦਰਜ ਹੋਈ ਹੈ ਉਹਦੇ 'ਚ ਲੈ ਕੇ ਚਲੇ ਗਏ ਸੀਗੇ ਉਹ ਅਸੀਂ SHO ਸਾਹਿਬ ਨੇ ਮੈਂ ਲੱਗ ਕੇ ਨਾਲ ਸਾਡੀ ਟੀਮ ਨੇ SSP ਸਾਹਿਬ ਦੀ ਗਾਈਡੈਂਸ ਦੇ ਹਿਸਾਬ ਨਾਲ ਅਸੀਂ ਇਹ ਮੁਕੱਦਮਾ ਮਤਲਬ ਕਾਫੀ ਸ਼ਿੱਦਤ ਨਾਲ ਟਰੇਸ ਕੀਤਾ ਇਹ ਉਸ ਤੋਂ ਸਾਨੂੰ ਇਹ ਗੱਲ ਤਸਦੀਕ ਹੋਈ ਵੀ ਜਿਹੜੀ ਅਸਲ ਗੱਡੀ ਸੀਗੀ ਉਹ 'ਤੇ ਜਿਹੜਾ ਨੰਬਰ ਲੱਗਿਆ ਹੋਇਆ ਸੀਗਾ ਉਹ ਪਹਿਲਾਂ PB 10-202 ਸੀਗਾ ਅਤੇ ਅਸਲ ਨੰਬਰ ਉਹਦਾ ਕਿਉਂਕਿ ਇਹਨਾਂ ਨੇ ਰਾਹ 'ਚ ਹੀ ਜਾਂਦੇ ਹੋਏ ਚੇਂਜ ਕੀਤਾ ਸੀ ਅਗਲੇ ਕੈਮਰੇ ਨੂੰ ਅਸੀਂ ਜਦੋਂ ਦੇਖਿਆ ਤਾਂ ਉੱਥੋਂ ਪਤਾ ਲੱਗਿਆ ਉਹ UP ਦਾ ਨੰਬਰ ਸੀਗਾ UP 11 CK 0188 ਸੀਗਾ ਇਸ ਦਾ ਜਦੋਂ ਅਸੀਂ ਪਤਾ ਕੀਤਾ ਇਹ RC ਜਿਹੜੀ ਸੀਗੀ ਇੱਕ ਉੱਥੋਂ ਦੇ ਗੋਰਖਪੁਰ ਦੇ ਬੰਦੇ ਦੇ ਨਾਂ 'ਤੇ ਸੀਗੀ ਪਰ ਇਹ ਗੱਡੀ ਜਦੋਂ ਅਸੀਂ ਇੱਥੋਂ ਫਿਰੋਜ਼ਪੁਰ ਤੋਂ ਪਤਾ ਕੀਤਾ ਤਾਂ ਇੱਥੇ ਫਿਰੋਜ਼ਪੁਰ NOC ਇਹਦਾ ਕੱਟਿਆ ਗਿਆ ਸੀ ਜਿਹਦੇ ਨਾਂ 'ਤੇ ਕੱਟਿਆ ਗਿਆ ਸੀ ਉਸ ਤੋਂ ਫਿਰ ਇਹ ਸਾਰਾ ਟਰੇਸ ਹੋਇਆ ਮੁਕੱਦਮਾ ਉਹ ਮੇਨ ਬੰਦਾ ਗੁਰਪਿੰਦਰ ਸਿੰਘ ਸੀਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਦੇ ਨਾਲ ਜਿਹੜੇ ਸਾਥੀ ਸੀਗੇ ਇੱਕ ਅਜੇ ਸੀਗਾ ਜਿਹੜਾ ਕਿੱਲੀ ਦਾ ਹੈਗਾ ਥਾਣਾ ਲੱਖੋ ਕੇ ਬਹਿਰਾਮ 'ਚ ਪੈਂਦਾ ਦੂਜਾ ਹੈਪੀ ਸੀਗਾ ਜਿਹੜਾ ਕਿ ਮਮਦੋੜ ਥਾਣੇ ਦਾ ਵਿੱਚੋਂ ਦਾ ਸੋਢੀ ਕਲਾ ਪਿੰਡ ਸਰ ਇਹਨਾਂ 'ਤੇ ਕੋਈ ਪਹਿਲਾਂ ਵੀ ਪਰਚੇ ਦਰਜ ਹਨ ਇਹਨਾਂ 'ਤੇ ਕੋਈ ਪਰਚਾ ਦਰਜ ਨਹੀਂ ਹੈਗਾ ਜੀ ਇਹਨਾਂ ਕੋਲੋਂ ਅਸੀਂ ਜਿਹੜੇ ਵੈਪਨ ਯੂਜ਼ ਕੀਤੇ ਸੀ ਉਹ ਦੋਨੇ ਹੀ ਇੱਕ ਬੰਦਾ ਅਜੇ ਫੜਨ ਵਾਲਾ ਰਹਿੰਦਾ ਗੁਰਪਿੰਦਰ ਜਿਹੜਾ ਉਹ ਫੜਨ ਵਾਲਾ ਰਹਿੰਦਾ ਵੈਪਨ ਆਹ ਡਮੀ ਸੀਗੇ ਜਿਹੜੇ ਕਿ ਗੈਸ ਲਾਈਟਰ ਹੈਗੇ ਨੇ ਇਹ ਯੂਜ਼ ਕੀਤੇ ਗਏ ਸੀ ਪਰ ਦੇਖਣ ਨੂੰ ਇਹ ਤੁਸੀਂ ਵੀ ਦੇਖ ਲਓ ਕਾਫੀ ਅਸਲ ਦੇ ਨਾਲ ਮਿਲਦਾ ਜੁਲਦਾ ਹੀ ਹੈ ਇਹਨਾਂ ਕੋਲੋਂ ਜਿਹੜੇ ਬੰਦੇ ਫੜੇ ਗਏ ਨੇ ਹੈਪੀ ਕੋਲੋਂ ਕੱਲ੍ਹ ਕਾਰ ਬਰਾਮਦ ਕੀਤੀ ਹੈ ਅਤੇ ਨਾਲੇ 30,000 ਰੁਪਏ ਉਹ ਤੋਂ ਜਿਹੜੀ ਲੁੱਟੀ ਹੋਈ ਰਕਮ ਉਹ 'ਚੋਂ 30,000 ਰੁਪਏ ਬਰਾਮਦ ਇਹੀ ਗੱਲ ਸਾਹਮਣੇ ਆਈ ਹੈ ਵੀ ਗੁਰਪਿੰਦਰ ਨੇ ਜਿਹੜੀ ਕਾਰ ਖਰੀਦੀ ਸੀ ਉਹਦੀਆਂ ਕਿਸ਼ਤਾਂ ਖੜੀਆਂ ਸੀਗੀਆਂ ਉਹਦੀ ਹਜੇ ਕਿਸ਼ਤ ਭਰੀ ਨਹੀਂ ਗਈ ਸੀਗੀ
ਜਿਹਦੇ ਕਰਕੇ ਉਹ ਜਿਹੜਾ ਇਹਨੇ ਵੇਚੀ ਸੀਗੀ ਉਹ ਪੈਸੇ ਦੀ ਮੰਗ ਕਰ ਰਹੇ ਸੀ, ਇਹਨੂੰ ਹੋਰ ਕੋਈ ਰਾਹ ਨਾ ਦਿਖਿਆ ਕਿ ਇਸ ਏਰੀਏ 'ਚ ਰਿਹਾ ਹੈਗਾ। ਪਹਿਲਾਂ ਮਾਈਕਰੋ ਫਾਈਨਾਂਸ ਕੰਪਨੀਆਂ ਹੁੰਦੀਆਂ ਜਿਹੜੀਆਂ, ਉਹਦੇ 'ਚ ਲੱਗਿਆ ਰਿਹਾ, ਇਹਨੂੰ ਏਰੀਆ ਦਾ ਪਤਾ ਸੀਗਾ, ਇਹਨੂੰ ਪਤਾ ਸੀ ਵੀ ਪੌਲ ਮਰਚੈਂਟ ਇੱਥੇ ਹੈਗਾ ਅਤੇ ਉੱਥੇ ਮਤਲਬ ਇਹਨੇ ਦੇਖਿਆ ਪਹਿਲਾਂ ਰੇਕੀ ਰੁਕੀ ਕਰਕੇ ਵੀ ਬੰਦੇ ਦੋ ਹੀ ਮੁੰਡੇ ਹੁੰਦੇ ਨੇ ਇੱਕ ਕੁੜੀ ਹੁੰਦੀ ਹੈ, ਉਸ ਹਿਸਾਬ ਨਾਲ ਇਹਨੇ ਫਿਰ ਟਾਰਗੇਟ ਕੀਤਾ। ਰਕਮ ਇਹਨਾਂ ਤੋਂ ਬਰਾਮਦ ਹੋ ਗਈ ਹੈ ਜੀ? ਰਕਮ 30,000 ਬਰਾਮਦ ਹੋਇਆ, ਬਾਕੀ ਹਜੇ ਇੱਕ ਬੰਦਾ ਫੜਨ ਵਾਲਾ ਰਹਿੰਦਾ, ਉਹ ਤੋਂ ਬਰਾਮਦ ਹੋਏਗੀ। ਗੱਡੀ ਬਰਾਮਦ ਹੋ ਗਈ ਹੈ, ਇੱਕ ਵੈਪਨ ਬਰਾਮਦ ਹੋ ਗਿਆ। ਇੱਕ ਦੀ ਜਿਹਦੀ ਕੱਲ੍ਹ ਗ੍ਰਿਫਤਾਰੀ ਪਾਈ ਹੈ ਉਹਨੂੰ ਅੱਜ ਪੇਸ਼ ਕਰਾਂਗੇ ਦੋਨਾਂ ਦਾ ਰਿਮਾਂਡ ਲੈ ਕੇ, ਅਤੇ ਇੱਕ ਹਜੇ ਜਿਹੜਾ ਬੰਦਾ ਫੜਨ ਵਾਲਾ ਗੁਰਪਿੰਦਰ, ਉਹ ਸਾਡੇ ਲਈ ਪ੍ਰਾਈਮ ਹੈਗਾ ਕਿਉਂਕਿ ਉਹ ਉਹਦੇ ਕਾਰਨ ਹੀ ਇਹ ਹੋਈ ਹੈ, ਜੋ ਵਾਰਦਾਤ ਹੋਈ ਹੈ ਉਹਦੀ ਪੈਸਿਆਂ ਦੀ ਲੋੜ ਸੀ ਉਹਨੂੰ। ਦੂਜੇ ਚੰਗੇ ਸੈਟਲ ਹੈਗੇ ਨੇ ਆਪਦੇ ਆਪਦੇ ਥਾਂ, ਇੱਕ ਦੀ ਨਾਈ ਦੀ ਦੁਕਾਨ ਹੈ ਜਿਹੜਾ ਇਹ ਆਪਣਾ ਅਜੇ ਹੈਗਾ, ਇਹਦੀ ਨਾਈ ਦੀ ਦੁਕਾਨ ਹੈ ਕਿਲੀ 'ਚ, ਅਤੇ ਜਿਹੜਾ ਹਰਪ੍ਰੀਤ ਹੈ ਉਹਦੀ ਵੀ ਜ਼ਿੰਮੇਦਾਰ ਚੰਗਾ ਹੈਗਾ, ਮਤਲਬ 15-16 ਕਿੱਲੇ ਜ਼ਮੀਨ ਹੈਗੀ ਉਹਦੇ ਕੋਲ। ਪਰ ਇਹ ਦੋਸਤੀ ਕਰਕੇ ਇਹਨਾਂ ਨੇ ਫਿਰ ਸਾਰਾ ਇਹ ਅੰਜਾਮ ਕੀਤਾ ਅਤੇ ਹੁਣ ਇਹ ਟਰੇਸ ਹੋ ਗਿਆ ਹੈਗਾ ਮੁਕੱਦਮਾ। ਸਰ ਟੋਟਲ 3 ਜਣੇ ਇਸ ਘਟਨਾ ਦੇ ਵਿੱਚ ਸ਼ਾਮਿਲ? ਇਸ 'ਚ 3 ਹੀ ਸ਼ਾਮਿਲ ਸੀ, 3 'ਚੋਂ 2 ਫੜ ਲਏ ਨੇ ਜੀ, ਇੱਕ ਗੁਰਪਿੰਦਰ ਰਹਿ ਗਿਆ।